ਆਜ਼ਾਦ ਸਾਹਿਬ, ਇਹ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜੇ ਅਸੀਂ ਮੌਤ ਜੇ ਕਰੋਨਾ ਦੇ ਨਾਲ ਕਿਸੇ ਵਿਅਕਤੀ ਦੀ ਹੁੰਦੀ ਹੈ ਤੇ ਜੇਕਰ ਉਹਦੇ ਵਿੱਚ ਵੇਖਿਆ ਜਾਵੇ ਤਾਂ ਉਹਨੂੰ ਹੋਰ ਵੀ ਬਹੁਤ ਸਾਰੇ ਵਾਇਰਸਿਸ ਜਾਂ ਬਿਮਾਰੀਆਂ ਹੋਣਗੀਆਂ ਪਰ ਨਹੀਂ ਦੱਸੀਆਂ ਜਾ ਰਹੀਆਂ। ਪਰ ਚਲੋ ਇੰਨਾ ਸ਼ੁਕਰ ਹੈ ਵੀ ਇਹ ਹਵਾ ਨਾਲ ਨਹੀਂ ਕਹਿੰਦੇ ਹੁੰਦਾ ਜੀ, ਵੀ ਆਪਾਂ ਸਿਰਫ ਗਲਤ ਕਰਨ ਦੇ ਨਾਲ ਗਲਤ ਕਹਿ ਰਹੇ, ਗਲਤ ਕਹਿ ਰਹੇ ਬਿਲਕੁਲ। ਇਹ ਤੋਂ ਕਿੰਨਾ ਕੁ ਸਾਵਧਾਨ, ਕਿੰਨਾ ਕੁ ਰਹਿਣ ਦੀ ਸੁਚੇਤ ਰਹਿਣ ਦੀ ਲੋੜ ਹੈ ਤੇ ਕਿੰਨਾ ਕੁ ਡਰਨ ਦੀ ਲੋੜ ਹੈ ਜੀ? ਨਹੀਂ ਨਹੀਂ ਮੈਂ ਕੋਈ ਡਰਨ ਵਾਲੀ ਕੋਈ ਬਿਲਕੁਲ ਗੱਲ ਨਹੀਂ, ਆਪਣੀ ਯੋਗਾ ਨੂੰ ਭੁੱਲ ਗਏ ਲੋਕਾਂ ਨੂੰ ਇਸ ਗੱਲ ਨੂੰ ਤੁਸੀਂ ਮੰਨਦੇ ਹੋ ਬਈ ਜੇ ਅੱਜ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਧਾਰਾ 144 ਲਾਈ ਜਾ ਰਹੀ ਹੈ ਵੀ ਜੇ ਆਯੁਰਵੈਦ ਦੀ ਸਲਾਹ ਲਈ ਹੁੰਦੀ ਤਾਂ ਇਹ ਧਾਰਾਵਾਂ ਨਹੀਂ ਲੱਗਣੀਆਂ ਸੀ। ਉਹ ਤਾਂ ਜਿੱਦੀ ਹੈ ਜਿਹੜਾ ਜਿਹੜਾ ਪ੍ਰੋਟੋਕਾਲ ਫੋਲੋ ਕੀਤਾ ਜਾ ਰਿਹਾ ਨਾ, ਇਹ ਕੋਈ ਕਿਸੇ ਨੂੰ ਨਹੀਂ ਪੁੱਛ ਰਿਹਾ, ਸਿਰਫ WHO ਦੀ ਧਾਰਾ ਨੂੰ, ਕੋਈ ਕੋਈ ਈਵਨ ਸੈਂਟਰਲ ਮਿਨਿਸਟਰ ਵੀ ਇਹ ਕਹਿੰਦਾ ਕਿ ਇੰਟਰਨੈਸ਼ਨਲ ਪ੍ਰੋਟੋਕਾਲ ਹੈ ਸਾਨੂੰ ਫੋਲੋ ਕਰਨਾ ਜ਼ਰੂਰੀ ਹੈ। ਠੀਕ ਹੈ ਜੀ ਡਾਕਟਰ ਸਾਹਿਬ, ਜਿਵੇਂ ਹੁਣ ਆਪਾਂ ਕੋਈ ਮਰੀਜ਼ ਹੁੰਦਾ, ਕੋਈ ਸ਼ੱਕੀ ਮਰੀਜ਼ ਵੀ ਹੈ ਤਾਂ ਉਹਨਾਂ ਦੇ ਨਾਲ ਡੰਗਰਾਂ ਵਾਲਾ ਬਿਹੇਵ ਕਰਕੇ ਉਹਨਾਂ ਨੂੰ ਅੰਦਰ ਇਹ ਕ੍ਰਿਮੀਨਲ ਹੈ, ਇਹ ਕ੍ਰਿਮੀਨਲ ਹੈ, ਕ੍ਰਿਮੀਨਲ ਹੈ, ਇਸ ਤੇ ਗਰੀਬ ਲੋਕਾਂ ਤੇ ਜ਼ੁਲਮ ਹੋ ਰਿਹਾ। ਕਿੰਨੇ ਕੁ ਦਿਨਾਂ ਤੱਕ ਇਫੈਕਟ ਕਰੇਗਾ ਜੀ, ਮਤਲਬ ਕਿ ਜੇ ਬਾਕੀ ਵਾਇਰਸਿਸ ਦੀ ਵੀ ਗੱਲ ਕਰੀਏ, ਇਹਨਾਂ ਨੂੰ ਪੁੱਛੋ ਨਾ ਜਿਹੜੇ ਲੋਕ ਲਾਗੂ ਕਰ ਰਹੇ ਵੀ ਜਿੰਨੇ ਦਿਨਾਂ ਬਾਅਦ ਲਾਈਫ ਬੰਦ ਰੱਖਣਗੇ, ਜਿੰਨੇ ਦਿਨ ਉਦੋਂ ਬਾਅਦ ਵਾਇਰਸ ਕਿੱਥੇ ਜਾਏਗੀ? ਵਾਇਰਸ ਫਿਰ ਵੀ ਇੱਥੇ ਹੀ ਰਹੇਗੀ ਨਾ, ਵਾਇਰਸ ਕਹਿੰਦੇ ਚੰਦਰਮਾ ਤੁਰ ਜੂਗੀ। ਇਹਨਾਂ ਦਿਨਾਂ ਦੇ ਵਿੱਚ ਫਲੂ ਹੁੰਦਾ ਜੀ, ਇਹ ਆਮ ਤੌਰ ਤੇ ਅੰਕੜਾ ਮੌਤਾਂ ਦਾ ਕੀ ਰਹਿੰਦਾ ਜੀ ਜੇ ਆਪਾਂ ਪਿਛਲੇ ਸਾਲਾਂ ਦੀ ਗੱਲ ਕਰੀਏ? ਅਮਰੀਕਾ ਦੇ ਅੰਕੜੇ ਸਭ ਤੋਂ ਅਥੈਂਟਿਕ ਨੇ। ਅਮਰੀਕਾ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਵੀ 3.5 ਲੱਖ ਬੰਦਾ ਹਸਪਤਾਲ ਦਾਖਲ ਹੁੰਦਾ ਹੈ ਫਲੂ ਨਾਲ, 3.5 ਲੱਖ, ਔਰ 35,000 ਬੰਦੇ ਦੀ ਡੈਥ ਹੁੰਦੀ ਹੈ ਹਰ ਸਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ।